ਜਿਹੜੇ ਵਿਚਾਰ ਆਉਂਦੇ ਆ ਨਾ ਇਹ ਆਉਂਦੇ ਪਏ ਆ ਸਾਡੇ ਕਿਤੇ ਨਾ ਕਿਤੇ ਦਿਸ ਇਜ਼ ਅ ਡਿਨਾਇਲ ਇਹ ਜਿਹੜੀ ਹੈ ਨਾ ਪਾਰਟ ਜਿਹੜਾ ਤੁਹਾਡਾ ਕੁਐਸਚਨ ਅਰਾਈਜ਼ ਹੋਇਆ ਨਾ ਦਿਸ ਇਜ਼ ਪਾਰਟ ਆਫ ਦਾ ਡਿਨਾਇਲ ਕਿਉਂਕਿ ਡਿਨਾਇਲ ਨੇ ਉਸ ਤਰ੍ਹਾਂ ਨਹੀਂ ਆਉਣਾ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਡਿਨਾਇਲ ਆਏਗੀ ਕਿਉਂਕਿ ਡਿਜ਼ੀਜ਼ ਹੈ ਨਾ ਅਡਿਕਟਿਵ ਡਿਜ਼ੀਜ਼ ਦੇ ਵਿੱਚ ਡਿਨਾਇਲ ਡਿਫਰੈਂਟ ਤਰੀਕਿਆਂ ਦੇ ਨਾਲ ਆਏਗੀ ਕਦੀ ਫਿਊਚਰ ਨੂੰ ਲੈ ਕੇ ਕਦੀ ਬੱਚਿਆਂ ਨੂੰ ਲੈ ਕੇ ਕਦੀ ਕਿਸੇ ਟਰੈਵਲਿੰਗ ਨੂੰ ਲੈ ਕੇ ਕਦੀ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਤਿੰਨ ਚਾਰ ਮਹੀਨੇ ਵਾਸਤੇ ਬੇਟੀ ਕੋਲ ਜਾਣਾ ਅਤੇ ਤਿੰਨ ਚਾਰ ਮਹੀਨੇ ਵਾਸਤੇ ਬੇਟੀ ਕੋਲ ਜਾਣ ਵਾਸਤੇ ਤੁਹਾਡੀ ਤਿਆਰੀ ਮੁਕੰਮਲ ਹੈ ਕਿ ਨਹੀਂ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਐਂਡ ਬਹੁਤ ਸਾਰੇ ਮੇਰੇ ਪੇਸ਼ੈਂਟ ਆ ਜਿਹੜੇ ਆਲ ਓਵਰ ਦਾ ਵਰਲਡ ਰਹਿੰਦੇ ਪਏ ਆ ਐਂਡ ਦੇ ਆਰ ਡੂਇੰਗ ਇਟ ਵੈਰੀ ਵੈਲ ਨਿਊਜ਼ੀਲੈਂਡ ਰਹਿੰਦੇ ਆਸਟ੍ਰੇਲੀਆ ਰਹਿੰਦੇ ਪਏ ਆ ਯੂ ਕੈਨ ਬੀ ਇਨ ਕੋਂਟੈਕਟ ਅੱਜ ਕੱਲ੍ਹ ਤਾਂ ਦੁਨੀਆ 'ਚ ਮਤਲਬ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੀ ਨਹੀਂ ਹੈ ਬਟ ਸ਼ੋਰਲੀ ਜਦੋਂ ਇਹੋ ਜਿਹੇ ਕੁਐਸਚਨ ਆਉਂਦੇ ਆ ਨਾ ਮੈਡੀਕੇਸ਼ਨ ਨੂੰ ਲੈ ਕੇ ਮੀਟਿੰਗਸ ਅਟੈਂਡ ਕਰਨ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ ਰਹਿ ਕੇ ਥਕਾਵਟ ਮਹਿਸੂਸ ਕਰਨੀ ਬੋਰੀਅਤ ਮਹਿਸੂਸ ਕਰਨੀ ਕਿਸੇ ਟਾਈਪ ਦੇ ਇਹੋ ਜਿਹੇ ਵਿਚਾਰ ਆਉਣੇ ਇਹ ਬਟ ਨੈਚੁਰਲ ਹੈਗੇ ਆ ਦੇ ਆਰ ਪਾਰਟ ਆਫ ਡਿਨਾਇਲ ਕਿਉਂਕਿ ਅਡਿਕਸ਼ਨ ਦੀ ਜਿਹੜਾ ਫਸਟ ਸਿਮਟਮ ਹੈ ਨਾ ਉਹ ਡਿਨਾਇਲ ਹੀ ਹੈ ਇਹ ਨਹੀਂ ਹੈ ਕਿ ਡਿਨਾਇਲ ਇਨੀਸ਼ੀਅਲੀ ਇਹ ਡਿਨਾਇਲ ਆਉਂਦੀ ਹੈ ਕਿ ਮੈਂ ਬਿਮਾਰ ਹੀ ਨਹੀਂ ਹੈਗਾ ਇਨੀਸ਼ੀਅਲੀ ਡਿਨਾਇਲ ਆਉਂਦੀ ਹੈ ਮੈਂ ਆਪੇ ਕਰ ਸਕਦਾ ਇਹ ਮੇਰੇ ਕੰਟਰੋਲ 'ਚ ਹੈ ਮੈਂ ਕਰ ਸਕਦਾ ਜਦੋਂ ਸਾਡਾ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਨਾ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਹੈ ਮੈਨੂੰ ਘਰ ਦੇ ਲੈ ਕੇ ਆਏ ਇੱਥੇ ਸਾਡੇ ਕੋਲ ਪੇਸ਼ੈਂਟ ਆ ਜਾਂਦਾ ਇੱਕ ਹਫ਼ਤਾ 10 ਦਿਨ ਹੋ ਜਾਂਦੇ ਹੈ ਅਤੇ ਉਹਨੂੰ ਪਤਾ ਹੁੰਦਾ ਹਾਲੇ ਕਿ ਇਸ ਹਾਲਤ 'ਚ ਕਿੱਥੇ ਲੈ ਕੇ ਆਏ ਹੈ ਆਹ ਗੱਲਾਂ ਕਹਿੰਦੇ ਯਾਰ ਮੈਨੂੰ ਡਾਕਟਰ ਸਾਹਿਬ ਸਮਝ ਨਹੀਂ ਆਈ ਕਿ ਇਹ ਮੈਨੂੰ ਲੈ ਕੇ ਆਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਈ ਇਹਨਾਂ ਦੀ ਫਿਰ ਜਦੋਂ ਹਰਮਿਟੇਜ ਜਾਂਦੇ ਨੇ ਫਿਰ ਉੱਥੇ ਜਾ ਕੇ ਕਹਿੰਦੇ ਡਾਕਟਰ ਸਾਹਿਬ ਮੈਨੂੰ ਇਹ ਨਹੀਂ ਸਮਝੇ ਇੰਨਾ ਬਿਮਾਰ ਤਾਂ ਮੈਂ ਕੋਈ ਨਹੀਂ ਸੀਗਾ ਇੱਕ ਅੱਧੀ ਵਾਰੀ ਗੱਲ ਸੀਗੀ ਮੈਂ ਗੱਡੀ ਲੈ ਕੇ ਗਿਆ ਅੱਗੋਂ ਉੱਥੇ ਕਿਸੇ ਨਾਲ ਲੜਾਈ ਹੋ ਗਈ ਅਤੇ ਉਹ ਲੜਾਈ ਦੇ ਵਿੱਚ ਮੈਂ ਪੀ ਲਈ ਅਤੇ ਇੱਕ ਵਾਰੀ ਮੈਂ ਬੀਅਰ ਪੀਤੀ ਅਤੇ ਉਸ ਤੋਂ ਬਾਅਦ 2-4 ਦਿਨ ਦੀ ਝੜੀ ਲੱਗ ਗਈ ਮੈਂ ਇੰਨਾ ਬਿਮਾਰ ਥੋੜ੍ਹੀ ਹਾਂ ਕਿ ਜਿਹੜਾ ਮੈਨੂੰ ਇਹ ਰੀਹੈਬ 'ਚ ਲੈ ਆਉਂਦੇ ਇਹ ਡਿਨਾਇਲ ਦੇਖੋ ਡਿਨਾਇਲ ਚੇਂਜ ਹੋ ਰਹੀ ਹੈ ਇੱਥੇ ਆ ਕੇ ਬੰਦਾ ਕਹਿੰਦਾ ਪਿਆ ਮੈਨੂੰ ਲੈ ਕੇ ਆਏ ਉੱਥੇ ਜਾ ਕੇ ਕਹਿੰਦਾ ਪਿਆ ਵੀ ਇਹ ਇੱਕ ਇੰਸੀਡੈਂਟ ਹੋਇਆ ਸੀਗਾ ਇਸ ਇੰਸੀਡੈਂਟ ਦੇ ਬੇਸ 'ਤੇ ਜੇ ਤੁਸੀਂ ਆਰਬੀਟੇਜ ਰੱਖਣਾ ਤਾਂ ਫਿਰ ਥੋੜ੍ਹੀ ਜਿਹੀ ਦੇਖ ਲਓ ਹੈ ਨਾ ਫਿਰ ਤੀਸਰੀ ਡਿਨਾਇਲ ਆਉਂਦੀ ਜਾ ਕੇ ਅੱਛਾ ਫਿਰ ਜੇ ਤੁਸੀਂ ਇੰਝ ਹੀ ਰੱਖਣਾ ਤਾਂ ਫਿਰ ਮੈਂ ਆ ਕੇ ਮੈਂ ਇਹੀ ਕਰਨਾ ਨਾ ਮੈਂ ਤੁਹਾਨੂੰ ਕਰਕੇ ਦਿਖਾਊਂਗਾ ਇਹ ਕੀ ਕਰ ਰਿਹਾ ਇਹਦਾ ਮਤਲਬ ਹੈ ਕਿ ਉਹ ਡਿਨਾਇਲ 'ਚ ਹੈ ਬੰਦਾ ਅਸੀਂ ਹੋਰ ਕੁਛ ਨਹੀਂ ਸੋਲਵ ਕਰ ਰਹੇ ਉਹਦੀ ਡਿਨਾਇਲ ਨੂੰ ਬ੍ਰੇਕ ਕਰਦੇ ਹਾਂ ਜਦੋਂ ਰੀਹੈਬ 'ਚੋਂ ਬਾਹਰ ਆਉਂਦਾ ਫਿਰ ਲੱਗਦਾ ਕਿ ਫੋਲੋ ਅਪ ਦਾ ਤਾਂ ਮਤਲਬ ਹੀ ਕੋਈ ਨਹੀਂ ਹੈ ਅਸੀਂ ਇੱਥੇ ਇੰਨਾ ਰੀਹੈਬ 'ਚ ਟਾਈਮ ਲਾ ਲਿਆ ਜਿੰਨੀਆਂ ਚੀਜ਼ਾਂ ਸਿੱਖਣੀਆਂ ਸੀ ਇਹ ਸਿੱਖ ਲਈਆਂ ਇਸ ਤੋਂ ਬਾਅਦ ਤਾਂ ਮੇਰੇ ਮਤਲਬ ਹੀ ਕੋਈ ਨਹੀਂ ਸਿੱਖਣ ਦਾ ਜੇ ਇੰਝ ਕਰੋਗੇ ਤਾਂ ਫਿਰ ਮੈਂ ਸਿੱਖਣਾ ਬੰਦ ਕਰ ਦਿਆਂਗਾ ਜੇ ਇੰਝ ਕਰੋਗੇ ਤੁਸੀਂ ਫੋਰਸ ਕਰੋਗੇ ਨਾ ਤਾਂ ਫਿਰ ਮੇਰਾ ਅਸਲੀ ਰੂਪ ਦੇਖ ਲਓਗੇ ਅਸਲੀ ਰੂਪ ਤਾਂ ਵੈਸੇ ਹੀ ਆ ਰਿਹਾ ਹੁੰਦਾ ਪਰ ਬੰਦਾ ਕਹਿੰਦਾ ਮੈਂ ਅਸਲੀ ਰੂਪ ਦੇਖ ਲਓਗੇ ਇਹ ਵੀ ਡਿਨਾਇਲ ਹੁੰਦੀ ਹੈ ਹਰ ਜਗ੍ਹਾ 'ਤੇ ਡਿਫਰੈਂਟ ਤਰ੍ਹਾਂ ਦੀ ਡਿਨਾਇਲ ਆਉਣੀ ਹੈ ਬਟ ਫੈਮਿਲੀਜ਼ ਅਤੇ ਸਾਡੀ ਅੰਡਰਸਟੈਂਡਿੰਗ ਇਹ ਹੋਣੀ ਚਾਹੀਦੀ ਹੈ ਕਿ ਕਿਹੜੇ ਟਾਈਮ 'ਤੇ ਕਿਸ ਤਰ੍ਹਾਂ ਦੀ ਡਿਨਾਇਲ ਆਉਣੀ ਆਫਟਰ 1 ਈਅਰ ਕਿਹੜੀ ਡਿਨਾਇਲ ਆਉਣੀ ਹੈ ਆਫਟਰ 5 ਈਅਰਸ ਕਿਹੜੀ ਡਿਨਾਇਲ ਆਉਣੀ ਆਫਟਰ 10 ਈਅਰਸ ਕਿਹੜੀ ਡਿਨਾਇਲ ਆਉਣੀ ਆਫਟਰ 20 ਈਅਰਸ ਕਿਹੜੀ ਡਿਨਾਇਲ ਆਉਣੀ ਹੈ ਮੈਂ 20 ਸਾਲ ਤੋਂ ਬਾਅਦ ਡਿਨਾਇਲ ਆਉਂਦੀ ਦੇਖੀ ਹੈ 15 ਸਾਲ ਤੋਂ ਬਾਅਦ ਡਿਨਾਇਲ ਆਉਂਦੀ ਦੇਖੀ ਹੈ ਬਟ ਇਟ ਕਮਜ਼ ਇਨ ਅ ਵੈਰੀ ਡਿਫਰੈਂਟ ਵੇ ਆਫਟਰ 2 ਈਅਰਸ ਡਿਨਾਇਲ ਆਉਂਦੀ ਹੈ ਮੈਂ ਚੇਂਜ ਹੋ ਗਿਆ ਦੇਖੋ ਮੈਂ ਕਿੱਥੇ ਤੱਕ ਕਿੱਥੇ ਪਹੁੰਚ ਗਿਆ ਅਤੇ ਫੈਮਿਲੀ ਮੇਰੀ ਅੱਜ ਵੀ ਉੱਥੇ ਹੀ ਹੈ ਇਹੋ ਜਿਹੀ ਫੈਮਿਲੀ ਦੇ ਨਾਲ ਕੱਟਣੀ ਮੈਨੂੰ ਹੀ ਪਤਾ ਮੈਂ ਕਿਵੇਂ ਕੱਟਣ ਡਿਆ ਇੱਕ ਬੰਦੇ ਨੇ ਰਿਕਵਰੀ ਕੀਤੀ ਹੋਏ ਅਤੇ ਫੈਮਿਲੀ ਉਹਨੂੰ ਇੰਨਾ ਵੀ ਓਬਲਾਈਜ਼ ਨਾ ਕਰੇ ਅੱਛਾ ਇਹ ਤਾਂ ਗੱਲ ਛੱਡੋ ਇਸ ਤਰ੍ਹਾਂ ਦੀ ਡਿਨਾਇਲ ਵੀ ਦੇਖੀ ਆਫਟਰ 5 ਈਅਰਸ ਮੈਨੂੰ ਪੇਸ਼ੈਂਟ ਕਹਿੰਦਾ ਮੈਂ ਤਾਂ ਜਾਣਾ ਬੰਦ ਕੀਤਾ ਮੀਟਿੰਗ 'ਤੇ ਡਾਕਟਰ ਸਾਹਿਬ ਮੇਰੀ ਨਾ ਹੋਰ ਉਹ ਕਦਰ ਨਹੀਂ ਪਾਉਂਦੇ ਮੈਨੂੰ ਆਪਣੇ ਕੋਲ ਬਿਠਾ ਕੇ ਅਤੇ ਮੇਰੇ ਕੋਲੋਂ ਉਹ ਗੱਲ ਸਪੀਚ ਨਹੀਂ ਦਵਾਉਂਦੇ ਅੱਛਾ ਮੈਨੂੰ ਇਹ ਤੁਸੀਂ ਸਾਰੀਆਂ ਗੱਲਾਂ ਦੇ ਵਿੱਚ ਦੇਖੋ ਕਿਤੇ ਤੁਹਾਨੂੰ ਫੀਲ ਹੁੰਦਾ ਕਿ ਉਹ ਪੇਸ਼ੈਂਟ ਆਪਣੇ ਵਾਸਤੇ ਕਰ ਰਿਹਾ ਇੰਝ ਲੱਗਦਾ ਨਾ ਸਾਡੇ 'ਤੇ ਆਸਾਨ ਕਰ ਰਿਹਾ ਅੱਛਾ ਜਦੋਂ ਤੁਹਾਨੂੰ ਇਹ ਲੱਗੇ ਕਿ ਪੇਸ਼ੈਂਟ ਆਪਣੇ ਵਾਸਤੇ ਨਹੀਂ ਕਰ ਰਿਹਾ ਅਤੇ ਉਹ ਤੁਹਾਡੇ 'ਤੇ ਆਸਾਨ ਕਰ ਰਿਹਾ ਜਾਂ ਘਰਦਿਆਂ 'ਤੇ ਆਸਾਨ ਕਰ ਰਿਹਾ ਜਾਂ ਕਿਸੇ ਵਾਸਤੇ ਕੋਈ ਮਤਲਬ ਕਮਾਈ ਕਰ ਰਿਹਾ ਉਹ ਸਾਰੀਆਂ ਕਮਾਈਆਂ ਜਿਹੜੀਆਂ ਜਾਂ ਸਾਰੀ ਗੱਲਬਾਤ ਹੈ ਨਾ ਉਹ ਸਿਰਫ ਅਤੇ ਸਿਰਫ ਡਿਨਾਇਲ ਹੈ ਡਿਨਾਇਲ ਨੂੰ ਪਛਾਣਨ ਦਾ ਬੜਾ ਤਰੀਕਾ ਹੈ ਜਿਹੜਾ ਕੰਮ ਤੁਸੀਂ ਆਪਣੇ ਵਾਸਤੇ ਕਰ ਰਹੇ ਹੋ ਨਾ ਉਹ ਤੁਹਾਡੀ ਰਿਕਵਰੀ ਹੈ